अस्सलाम वालेकुम। सारा दुकान है तुसी बनाई है? नहीं नहीं है, मिस्त्रियां ने बनाई है। सर मेरे कहने का मतलब है दुकान थोड़ी है। हाड़ी है और की। सर एक ओवन चाहिए। ओवन सामने लगे ना खा लेने। चलो आओ जी बखाना। सर दुकान वाकई थोड़ी है? आहो हाड़ी है। मैंने चोरा हाथ मुँह लगन दिया। सर ਕਿਹੜਾ ਓਵਨ ਜੀ ਓਵਨ ਨਵਾਂ ਮਾਡਲ ਆਇਆ ਜੀ ਅੱਛਾ ਇਹ ਨਵਾਂ ਮਾਡਲ ਹੈ ਬਟਨ ਨਾ ਖੁੱਲਦਾ ਜੇ ਕਹਿ ਭਾਵੇਂ ਕੰਪਨੀ ਵੀ ਬੜੀ ਅੱਛੀ ਹੈ ਇਹ ਓਵਨ ਗਰਮ ਕਰਦਾ ਨਹੀਂ ਇਹ ਠੰਡਾ ਕਰਦਾ ਭਾਵੇਂ ਤੁਹਾਨੂੰ ਕਿੱਥੋਂ ਨਹੀਂ ਗੱਲਾਂ ਕਰਦੇ ਤੁਸੀਂ ਭਾਵੇਂ
ਲੈਣੇ ਮੁਨਾਸਬ ਕਰੋ ਤੁਹਾਡੀ ਮਿਹਰਬਾਨੀ ਬਹਿਸ ਨਾ ਕਰੋ ਐਫ ਹੀ ਲੈਣਾ ਪੀਸ ਚੰਗਾ ਪੀਸ ਹੈ ਐਫ ਹੀ ਪੀਸ ਚਾਹੀਦਾ ਯਾਰ ਸੁਬਾ ਸੁਬਾ ਦਾ ਟਾਈਮ ਹੈ ਬਹਿਸ ਦੀ ਗੱਲ ਪਾਇਨ ਐਫ ਹੀ ਪੀਸ ਲੈਣਾ ਤੇ ਮੁਨਾਸਬ ਕਰੋ 14,500 ਰੁਪਿਆ ਦੇ ਦੇ ਅਜੇ ਹੁਣ ਤੁਸੀਂ 14,000 ਕਹਿੰਦੇ ਹੁਣ 500 ਵਧਾ ਤਾ ਇੰਜ ਕਰ ਲਓ ਵੱਧ ਦੱਸ ਕੇ ਫਿਰ ਘਟਾਵਾਂਗੇ ਇੰਜ ਹੀ ਘਟਾਉਣਾ ਫਿਰ ਪਾਇਨ ਤੁਹਾਨੂੰ ਮੁਨਾਸਬ ਕਰਨਾ ਐ ਮੈਨੂੰ ਚਾਹੀਦਾ ਐਫ ਹੀ ਪੀਸ ਮੁਨਾਸਬ ਕਰੋ 13,000 ਰੁਪਿਆ ਦੇ ਦਿਓ ਫਾਈਨਲ ਜੇ ਲੈਣਾ ਤੁਸੀਂ ਪਾਇਨ ਮੁਨਾਸਬ ਮੈਂ ਚੱਲਾ ਜੇ 13,000 ਰੁਪਿਆ ਠੀਕ ਹੈ ਫਿਰ ਤੁਸੀਂ ਦੱਸੋ ਫਿਰ ਕੀ ਦਿੰਦੇ ਪਾਇਨ ਮੈਂ ਇੱਕੋ ਗੱਲ ਕਰਾਂਗਾ ਹਾਂਜੀ ਰੁਪਇਆ 3,500 अगर आपको वीडियो अच्छी लगे तो प्लीज़ लाइक कमेंट शेयर और माय चैनल सब्सक्राइब विज़िट माय चैनल मैं एक्टर बनना चाहता हूँ मुझे सपोर्ट करें और विज़िट करें मेरे चैनल को खुदा हाफिज़।